ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਹਰ ਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਆਂ ਅਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਡੀਸੀ ਪਠਾਨਕੋਟ ਹਰਬੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਸ਼ੂ ਕੌਜ਼ ਨੋਟਿਸ ਜਾਰੀ ਕਰ ਦਿੱਤਾ ਹੈ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਦੋ ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਸਰਕਾਰੀ ਜ਼ਮੀਨ ਜਿਸਤੇ ਮਾਦੋਪੁਰ ਰੈਸਟ ਹਾਊਸ ਜੋ ਕਿ ਵਾਟਰ ਰਿਸੋਰਸਸ ਡਿਪਾਰਟਮੈਂਟ ਦਾ ਸੀ ਯਾਨਕਿ ਇਰੀਗੇਸ਼ਨ ਵਿਭਾਗ ਦਾ ਸੀ ਉਸ ਦੇ ਉੱਤੇ ਇੱਕ ਪ੍ਰਾਈਵੇਟ ਗਵੰਡੀ ਪਲਾਟ ਹੋਲਡਰ ਸਚਿਤਾ ਅਗਰਵਾਲ ਦਾ ਕਬਜ਼ਾ ਕਰਵਾਇਆ ਇਹ ਰਕਬਾ 45.72 ਮਰਲੇ ਸੀ ਜਿਸਤੇ ਕਬਜ਼ਾ ਕਰਵਾਇਆ ਗਿਆ ਕੰਵ ਡੀਸੀ ਦੇ ਦਫ਼ਤਰ ਦੀ ਯਾਨਕਿ ਡੀਸੀ ਦੇ ਰੈ residense ਦੀ ਤਰਵਾ ਵੀ ਦਿੱਤੀ ਗਈ ਉਹ ਸਾਰਾ ਮਾਮਲਾ ਅਸੀਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੇ ਚੁੱਕੇ ਹਾਂ ਡੀਸੀ ਹਰਵੀਰ ਸਿੰਘ ਨੇ ਇਸੇ ਸਾਲ ਯਾਨੀ ਕਿ 2023 ਦੇ ਫਰਵਰੀ ਦੇ ਮਹੀਨੇ ਆਪਣੀ ਸਰਕਾਰੀ ਕੋਠੀ ਦੀ ਜ਼ਮੀਨ ਤੇ ਅਗਰ왈 ਪਰਿਵਾਰ ਦਾ ਕਬਜ਼ਾ ਕਰਵਾਇਆ ਸੀ ਇਸ ਤੇ ਬਾਰੇ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸਸ ਕ੍ਰਿਸ਼ਨ ਕੁਮਾਰ ਨੇ ਸਪੌਟ ਤੇ ਵਿਜ਼ਿਟ ਕਰਕੇ ਆਪਣੀ ਜਾਂਚ ਰਿਪੋਰਟ ਮੁਖ ਸਕੱਤਰ ਨੂੰ ਦਿੱਤੀ ਸੀ ਉਸ ਨੂੰ ਦੋਸ਼ੀ ਠਹਿਰਾਇਆ ਸੀ ਉਸ ਤੋਂ ਬਾਅਦ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਪਰਾ ਨੂੰ ਵਦੇ ਰੇ ਜਾਣਕਾਰੀ ਇਕੱਠੀ ਕਰਨ ਲਈ ਫੈਕਟ ਫਾਈਨਡਿੰਗ ਰਿਪੋਰਟ ਦੇਣ ਲਈ ਆਦੇਸ਼ ਦਿੱਤਾ ਗਿਆ ਸੀ ਜੋ ਕਿ ਉਸ ਨੇ ਦੇ ਦਿੱਤਾ ਤੇ ਹੁਣ ਆਖਰਕਾਰ ਇਸ ਤੇ ਅੱਗੇ ਕਾਰਵਾਈ ਹੋ ਗਈ ਹੈ ਤੇ ਡੀਸੀ ਪਠਾਨਕੋਟ ਨੂੰ ਸ਼ੋ ਕਾਸ ਨੋਟਿਸ ਜਾਰੀ ਕਰ ਦਿੱਤਾ ਗਿਆ ਕੋਣ ਸੁਣੋ ਖਬਰ ਦੇ ਵਿਸਤਾਰ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਯਾਨੀ ਕਿ 12 ਤਰੀਕ ਨੂੰ ਸ਼ੋ ਕਾਸ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਸ਼ੋ ਕਾਸ ਨੋਟਿਸ ਦੇ ਵਿੱਚ ਮੁੱਖ ਤੌਰ ਤੇ ਤਿੰਨ ਦੋਸ਼ ਲਾਏ ਗਏ ਨੇ ਉਹ ਮੈਂ ਤੁਹਾਨੂੰ ਵਾਰੀ-ਵਾਰੀ ਪੜ੍ਹ ਕੇ ਸੁਣਾਉਣਾ ਪਹਿਲਾ ਉਹਨਾਂ ਨੇ ਕਿਹਾ ਜੀ ਕਿ ਇਸ ਮਾਮਲੇ 'ਚ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਪਰਾ ਨੇ ਐਨਕ੍ਰੋਚਮੈਂਟ ਸਾਬਤ ਕੀਤੀ ਹੈ ਕਿ ਤੁਸੀਂ ਉਸ ਤੇ ਨਜਾਇਜ਼ ਕਬਜ਼ਾ ਕਰਵਾਇਆ ਨਵੀਂ ਕੰਦ ਕਿਵੇਂ ਬਣੀ ਜਦੋਂ ਤੁਸੀਂ ਇਸ ਰੈਸਟ ਹਾਊਸ ਤੇ ਜੋ ਕੇ ਡੀਸੀ ਦਾ ਰੈ residency ਉਸ ਤੇ ਕਾਬੂ ਸੀ ਤੁਹਾਡੀ ਮੌਜੂਦਗੀ ਦੇ ਵਿੱਚ ਇਸ ਤੇ ਕਬਜ਼ਾ ਕਿਸ ਤਰ੍ਹਾਂ ਹੋ ਗਿਆ ਪੁਆਇੰਟ ਨੰਬਰ 2 ਮੁਖਸ਼ ਗੱਤਰ ਅਨਰਾਗ ਵਰਮਾ ਨੇ ਸ਼ੋ ਕਾਸ ਨੋਟਿਸ ਲਿਖਿਆ ਹੈ ਕਿ ਕੰਦ ਨਵੀਂ ਕਿਵੇਂ ਬਣੀ ਜਦੋਂ ਤੁਸੀਂ ਕਾਬਜ਼ ਸੀ ਤੇ ਅਗਲਾ ਪੁਆਇੰਟ ਤੀਜਾ ਲਿਖਦੇ ਆ ਜਦੋਂ ਕੰਦ ਤੋੜੀ ਗਈ ਉਸ ਤੋਂ ਪਹਿਲਾਂ ਤੁਹਾਨੂੰ ਐਸਟੀਓ ਪ੍ਰਦੀਪ ਕੁਮਾਰ ਨੇ ਸੂਚਿਤ ਕੀਤਾ ਸੀ ਸ਼ਿਕਾਇਤ ਕੀਤੀ ਸੀ ਕਿ ਇਸ ਕਿਸਮ ਦਾ ਨਜਾਇਜ਼ ਕਬਜ਼ਾ ਹੋ ਰਿਹਾ ਹੈ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਚੌਥਾ ਪੁਆਇੰਟ ਲਿਖਦੇ ਆ ਮੁਖ ਸ਼ਕਤਰ ਅਨੁਰਾਗ ਵਰਮਾ ਜੀ ਕਿ ਤੁਸੀਂ ਪਠਾਨਕੋਟ ਦੇ ਵਿੱਚ ਡੀ ਸੀ ਸੀ ਤੇ ਉਦੋਂ ਇਸ ਕੰਦ ਨੂੰ ਮੋੜ ਬਣਾਉਣ ਵਾਸਤੇ ਯਾਨੀ ਕਿ ਨਵੀਂ ਜਗ੍ਹਾ ਤੇ ਉਹ ਸ਼ਿਫਟ ਕਰਕੇ ਬਣਵਾਉਣ ਵਾਸਤੇ ਤੁਸੀਂ ਪੰਚਾਇਤੀ ਰਾਜ ਦੇ ਐਕਸ਼ਨ ਨੂੰ ਹਦਾਇਤ ਕਿਸ ਤਰ੍ਹਾਂ ਕੀਤੀ ਅਤੇ ਉਹਨੇ ਸਰਕਾਰੀ ਫੰਡਾਂ ਦੀ ਵਰਤੋਂ ਭਾਵੇਂ ਨਹੀਂ ਕੀਤੀ ਆਪਣੇ ਰਸੂਖ ਨਾਲ ਇਹ ਕੰਦ ਕਿਵੇਂ ਬਣਾਈ ਰੀਕਨਸਟਰਕਟ ਕਿਵੇਂ ਕੀਤੀ ਇਹਦੇ ਵਿੱਚ ਜ਼ਿਕਰ ਉਸ ਜ਼ਮੀਨ ਦਾ ਵੀ ਹੈਗਾ ਜਿਸ ਤੇ ਉੱਤੇ ਡੀਸੀ ਨੇ ਆਪਣੇ ਗਵੰਡਨ ਸਚਿਤਾ ਅਗਰਵਾਲ ਦਾ ਕਬਜ਼ਾ ਤਾਰਾਂ ਲਾ ਕੇ ਯਾਨਕਿ ਫੈਂਸ ਲਾ ਕੇ ਕਰਵਾਇਆ ਤੇ કુલ ਰਕਬਾ 45.72 ਮਰਲੇ ਜੀ ਦੀ ਕੀਮਤ ਮਾਰਕੀਟ ਵੈਲਿਊ 5.5 ਕਰੋੜ ਰੁਪਏ ਦੱਸੀ ਜਾਂਦੀ ਹੈ ਉਹ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਇਲੀਗਲ ਉਸਤੇ ਪੋਜ਼ੀਸ਼ਨ ਕਰਵਾ ਦਿੱਤਾ ਗਿਆ। ਲਓ ਹੁਣ ਤੁਹਾਡੀ ਨਜ਼ਰ ਮਰਵਾਉਣੇ ਆ ਕੁਸ਼ਨ ਕੁਮਾਰ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸਸ ਦੀ 10th ਪੇਜ ਦੀ ਉਹ ਪੁਰਾਣੀ ਰਿਪੋਰਟ ਜਿਸ ਦੇ ਆਧਾਰ ਤੇ ਕਮਿਸ਼ਨਰ ਜਲੰਧਰ ਨੇ ਫਿਰ ਨਵੀਂ ਫੈਕਟ ਫਾਈਨਡਿੰਗ ਰਿਪੋਰਟ ਦਿੱਤੀ ਤੇ ਹੁਣ ਉਸ ਦੇ ਆਧਾਰ ਤੇ ਸ਼ੂ ਕੌਜ਼ ਨੋਟਿਸ ਡੀਸੀ ਨੂੰ ਜਾਰੀ ਕਰ ਦਿੱਤਾ ਗਿਆ। ਵੀਡੀਓ ਰਿਟਰਨ ਨੂੰ ਬੇਨਤੀ ਕਰੂੰਗਾ ਕੋ ਪੇਜ ਸਕਰੀਨ ਤੇ ਵਿਖਾ ਦੇਵੇ ਇਸ ਦੇ ਵਿੱਚ ਬੜਾ ਕਲੀਅਰ ਇਸ ਡਿਪਟੀ ਕਮਿਸ਼ਨਰ ਨੂੰ ਦੋਸ਼ੀ ਘੋਸ਼ਿਤ ਕੀਤਾ ਗਿਆ ਅਸੀਂ ਡਿਪਟੀ ਕਮਿਸ਼ਨਰ ਹਰबीर ਸਿੰਘ ਨਾਲ ਉਸ ਵਕਤ ਜਦੋਂ ਐਪੀਸੋਡ 367 ਬਣਾਇਆ ਸੀ ਉਹ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਮੇਰੀ ਕੋਈ ਗਲਤੀ ਹੈ ਨਹੀਂ ਇਹ ਕੌਕੰਡ ਬੁੱਲ ਸਟੋਰੀ ਹੈ ਕੁਝ ਅਫਸਰ ਮੈਨੂੰ ਫਿਕਸ ਕਰਨਾ ਚਾਹੁੰਦੇ ਆ ਪਰ ਇਹ ਸਾਰੀਆਂ ਗੱਲਾਂ ਉਹਨਾਂ ਦੀਆਂ ਹੁਣ ਠੀਕ ਸਾਬਿਤ ਨਹੀਂ ਹੋਈਆਂ ਉਹਨਾਂ ਨੇ ਇਥੋਂ ਤੱਕ ਕਿਹਾ ਸੀ ਕਿ ਮੈਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਪਰਾ ਵੱਲੋਂ ਤੇ ਡਿਮਾਰਕੇਸ਼ਨ ਜਿਹੜੀ ਤੀਜੀ ਵਾਰੀ ਹੋਈ ਕੰਪਿਊਟਰ ਡਿਮਾਰਕੇਸ਼ਨ ਉਹਦੇ ਵਿੱਚ ਵੀ ਮੈਂ ਠੀਕ ਸਾਬਿਤ ਹੋਇਆ ਸਾਡੇ ਸੂਤਰ ਦੱਸਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀ ਹਰਬੀਰ ਸਿੰਘ ਨੂੰ ਆਪਣੇ ਰੈ residense ਤੇ ਤਲਬ ਵੀ ਕੀਤਾ ਸੀ ਉਸ ਦੀ ਪੂਰੀ ਗੱਲਬਾਤ ਸੁਣੀ ਸੀ ਵਿਚਾਰਿਆ ਸੀ ਤੇ ਉਸ ਤੋਂ ਬਾਅਦ ਇਹ ਅੰਤਿਮ ਫੈਸਲਾ ਮੁੱਖ ਮੰਤਰੀ ਨੇ ਕੀਤਾ ਜਿਸ ਤਹਿਤ ਸ਼ੋਕਾਸ ਨੋਟਿਸ ਜਾਰੀ ਹੋਇਆ ਇੱਕ ਚੀਜ਼ ਇੱਥੇ ਐਡ ਕਰਨੀ ਜ਼ਰੂਰੀ ਹੈ ਕੁਝ ਪੀਸੀਐਸ ਅਫਸਰ ਜਿਹੜੇ ਪ੍ਰਮੋਟ ਹੋ ਕੇ ਆਇਸ ਬਣੇ ਤੇ ਰਿਟਾਇਰ ਹੋਏ ਉਹਨਾਂ ਦੇ ਮਨ ਦੇ ਵਿੱਚ ਇਹ ਇੱਕ ਵਿਚਾਰ ਆਉਂਦਾ ਕਿ ਜਿਹੜੇ ਪ੍ਰਮੋਟਿ ਆਈਐਸ ਆਫੀਸਰਜ਼ ਹੁੰਦੇ ਆ ਉਹਨਾਂ ਦੇ ਵਿਰੋਧ ਪੰਜਾਬ ਸਰਕਾਰ ਕਾਰਵਾਈ ਕਰਦੀ ਹੈ ਜਿਹੜੇ ਡਾਇਰੈਕਟ ਆਈਐਸ ਆਫੀਸਰਜ਼ ਹੁੰਦੇ ਆ ਉਹਨਾਂ ਦੇ ਵਿਰੋਧ ਕੋਈ ਕਾਰਵਾਈ ਕਦੇ ਵੀ ਕਿਸੇ ਵੀ ਘਪਲੇ ਦੇ ਸਬੰਧ ਦੇ ਵਿੱਚ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਉਹ ਮਹਿਸੂਸ ਕਰਦੇ ਆ ਕਿ ਜਿਵੇਂ ਪੀਪੀਐਸ ਤੋਂ ਆਈਪੀਐਸ ਪ੍ਰਮੋਟ ਹੋਏ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਜ਼ਰੂਰ ਨਜ਼ਰ ਆਉਂਦੀ ਹੈ ਪਰ ਕਦੇ ਵੀ ਆਈਪੀਐਸ ਅਫਸਰਾਂ ਤੇ ਜਿਹੜੇ ਡਾਇਰੈਕਟਰ ਰਿਕਰੂਟ ਨੇ ਉਹਨਾਂ ਤੇ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਹੁੰਦੀ ਨਾ ਕੋਈ ਪਰਚਾ ਦਰਜ ਹੁੰਦਾ ਐ ਐਸਜੀਓ ਪ੍ਰਦੀਪ ਕੁਮਾਰ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਲਿਖਵਾਇਆ ਕਿ ਜਦੋਂ ਮੈਂ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਮੈਨੂੰ ਦਬਕਾਇਆ ਔਰ ਕਿਹਾ ਕਿ ਤੂੰ ਸ਼ਿਕਾਇਤਾਂ ਕਰਦਾ ਚੁੱਪ ਕਰ ਜਾ ਨਹੀਂ ਤਾਂ ਅੰਦਰ ਕਰਵਾ ਦੂੰਗਾ ਫੇਰ ਤੂੰ ਪਛਤਾਏਗਾ ਇਹ ਸਾਰਾ ਕੁਝ ਪ੍ਰਦੀਪ ਕੁਮਾਰ ਨੇ ਕਿਸ਼ਨ ਕੁਮਾਰ ਪ੍ਰਿੰਸੀਪਲ ਸੈਕਟਰੀ ਨੂੰ ਪਹਿਲਾਂ ਦੱਸਿਆ ਸਾਡੇ ਸੂਤਰਾਂ ਨੇ ਦੱਸਿਆ ਕਿ ਹਰबीर ਸਿੰਘ ਜੋ ਕਿ 36 2025 ਨੂੰ ਰਟਾਇਰ ਹੋਣਾ ਹੈ ਉਹਨਾਂ ਨੇ ਆਪਣੀ ਪੋਸਟ ਰਟਾਇਰਮੈਂਟ ਇੱਕ ਪ੍ਰੋਜੈਕਟ ਬਣਾਇਆ ਉਹ ਬਣਾਇਆ ਹੈਗਾ ਜਗਤ ਅਗਰਵਾਲ ਦੇ ਨਾਲ ਪਾਰਟਨਰਸ਼ਿਪ ਜੋ ਕਿ ਬਾਰਨਿਰ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਨੇ 300 ਰੂਮਸ ਦਾ ਇੱਕ ਰਿਸੋਰਟ ਸ਼ਾਹਪੁਰ ਕੰਡੀ ਡੈਮ ਦੇ ਕਿਨਾਰੇ ਜਿੱਥੇ ਕਿ ਡੀਸੀ ਆਫਿਸ ਯਾਨੀ ਕਿ ਡੀਸੀ ਰੈਜ਼ਿਡੈਂਸ ਸਥਿਤ ਹੈ ਮਾਧਾਪੁਰ ਰੈਸਟ ਹਾਊਸ ਸਥਿਤ ਹੈ ਉਥੇ ਬਣਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਉਹਨਾਂ ਦਾ ਜਿਹੜਾ ਨਕਸ਼ਾ ਹੈ ਉਸ ਰਿਸੋਰਟ ਦਾ ਉਹਨਾਂ ਨੇ ਤਿਆਰ ਕਰਵਾ ਲਿਆ ਇੱਕ ਆਰਕੀਟੈਕਟ ਏਪੀ ਆਰਕੀਟੈਕਚਰ ਦਾ ਨਾਮ ਹੈ ਤੇ ਉਹਨਾਂ ਦੀ ਇੱਕ ਸਬਸਿਡਰੀ ਕੰਪਨੀ ਯਾਨੀ ਕਿ ਸਿਸਟਰ ਕੰਸਰਨ ਉਹਨੇ ਇਹ ਤਿਆਰ ਕਰਕੇ ਨਕਸ਼ਾ ਦਿੱਤਾ ਸਾਨੂੰ ਡਿਪਟੀ ਕਮਿਸ਼ਨਰ ਨੇ ਜਦੋਂ ਅਸੀਂ ਐਪੀਸੋਡ 367 ਬਣਾ ਰਹੇ ਸੀ ਦੱਸਿਆ ਸੀ ਕਿ ਅਗਰਵਾਲ ਬਹੁਤ ਵੱਡੀ ਫੈਮਿਲੀ ਹੈ ਅਮੀਰ ਫੈਮਿਲੀ ਹੈ ਉਹਨਾਂ ਦੀ ਫੈਕਟਰੀ ਦੀ ਟਰਨਓਵਰ 1000 ਕਰੋੜ ਸਾਲਾਨਾ ਹੈ ਤੇ ਉਹ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੇ ਨੇ ਪੰਜਾਬ 'ਚ ਬੜਾ ਰੋਜ਼ਗਾਰ ਪੈਦਾ ਕਰ ਰਹੇ ਨੇ ਉਹ ਐਥਨੌਲ ਵੀ ਬਣਾਉਂਦੇ ਆ ਗਲੂਟੋਨ ਵੀ ਬਣਾਉਂਦੇ ਆ ਤੇ ਅਸੀਂ ਫਿਰ ਉਸ ਤੋਂ ਬਾਅਦ ਥੋੜੀ ਸਰਚ ਕੀਤੀ ਤਾਂ ਹੁਣ ਮੈਂ ਵੀਡੀਓ ਡਿਟੇਲ ਨੂੰ ਬੇਨਤੀ ਕਰੂੰਗਾ ਕਿ ਇਸ ਕੰਪਨੀ ਦੀਆਂ ਕੁਝ ਤਸਵੀਰਾਂ ਇਹਨਾਂ ਦੇ ਜੋ ਪ੍ਰੋਡਕਟ ਨੇ ਉਥੋਂ ਨੂੰ ਛੇਤੀ ਛੇਤੀ ਸਕਰੀਨ ਤੇ ਵਖਾ ਦੇਵੇ ਅਸੀਂ ਜਗਤ ਅਗਰਵਾਲ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਨੰਬਰ ਮੁਸ਼ਕਲ ਨਾਲ ਹਾਸਲ ਹੋਇਆ ਪਰ ਅਸੀਂ ਕਰ ਲਿਆ ਅਸੀਂ ਉਹਨਾਂ ਨੂੰ ਪਹਿਲਾਂ ਟੈਲੀਫੋਨ ਕੀਤਾ ਉਹਨਾਂ ਨੇ ਡਿਕਲਾਈਨ ਕਰ ਦਿੱਤੀ ਕਾਲ ਫਿਰ ਉਹਨਾਂ ਦਾ ਮੈਸੇਜ ਆਇਆ ਕਿ ਤੁਸੀਂ ਟੈਕਸਟ ਕਰੋ ਅਸੀਂ ਟੈਕਸਟ ਤੇ ਉਹਨਾਂ ਨੂੰ ਕੁਝ ਸਵਾਲ ਭੇਜੇ ਕਿ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਤੁਸੀਂ ਕਿਸ ਤਰ੍ਹਾਂ ਇਸ ਜ਼ਮੀਨ ਦੇ ਕਲੇਮੈਂਟ ਬਣ ਗਏ ਜਦੋਂ ਇੰਨੇ ਸਾਲਾਂ ਤੋਂ 50 60 ਸਾਲਾਂ ਤੋਂ ਕਿਸੇ ਮਾਲਕ ਨੇ ਇਸ ਰਕਵੇ ਤੇ ਆਪਣਾ ਕਲੇਮ ਦਾਇਰ ਨਹੀਂ ਕੀਤਾ ਹੋਰ ਦੋ ਚਾਰ ਸਵਾਲ ਲਿਖੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੁਸੀਂ ਜਗਤ ਅਗਰਵਾਲ ਦੀ ਤਸਵੀਰ ਸਕਰੀਨ ਤੇ ਵੇਖ ਸਕਦੇ ਹੋ ਸੋ ਉਹ ਇਸ ਸਾਰੇ ਪ੍ਰੋਜੈਕਟ ਦੇ ਕਰਤਾ ਧਰਤਾ ਨੇ ਔਰ ਸਾਰੇ ਸ਼ਹਿਰ ਪਠਾਨਕੋਟ ਦੇ ਵਿੱਚ ਇਹ ਚਰਚਾ ਆਮ ਹੈ ਕਿ ਡੀਸੀ ਸਾਹਿਬ ਜਿਨ੍ਹਾਂ ਨੇ 36 2025 ਨੂੰ ਰਿਟਾਇਰ ਹੋ ਜਾਣਾ ਹੈ ਉਹ ਜਾਂਦੇ ਵਕਤ ਕੁਝ ਕਾਰਵਾਈਆਂ ਗਲਤ ਕਰ ਰਹੇ ਨੇ ਅਸੀਂ ਕੁਝ ਦਿਨ ਪਹਿਲਾਂ ਫਰੀਦਕੋਟ ਇੱਕ ਸਮਾਗਮ 'ਚ ਗਏ ਸੀ ਸਾਨੂੰ ਉੱਥੋਂ ਦੇ ਕੁਝ ਲੋਕਾਂ ਨੇ ਜ਼ਿਕਰ ਕੀਤਾ ਜਦੋਂ ਗੱਲ ਹਰਬੀਰ ਸਿੰਘ ਡੀਸੀ ਦੀ ਤੁਰੀ ਕਿ ਇਸ ਵਿਅਕਤੀ ਨੂੰ ਫਰੀਦਕੋਟ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ ਕਿ ਇਹ ਕਿਸ ਕਿਸਮ ਦੀ ਅਫਸਰੀ ਕਰਦਾ ਰਿਹਾ ਹੈ ਕਿਸ ਕਿਸਮ ਦੇ ਗਲਤ ਮਲਤ ਕੰਮ ਕਰਦਾ ਰਿਹਾ ਹੈ ਔਨ ਦੀ ਬੇਸਿਸ ਆਫ ਸਮ ਸਾਰਟ ਆਫ ਅਰੇਂਜਮੈਂਟ ਜੀਦਾ ਕਿ ਸਭ ਨੂੰ ਗਿਆਨ ਹੈਗਾ ਕਿਸ ਕਿਸਮ ਦਾ ਅਰੇਂਜਮੈਂਟ ਇਹ ਕੰਮ ਕਰਨ ਲਈ ਕਰਦਾ ਹੁੰਦਾ ਸੀ ਪਿਛਲੇ ਤਿੰਨ ਚਾਰ ਦਿਨਾਂ ਚ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਾਨੂੰ ਦੂਜੀ ਵਾਰੀ ਕਿਸੇ ਆਏ ਅਫਸਰ ਦੀ ਖਬਰ ਦੇਣੀ ਪੈ ਰਹੀ ਹੈ ਇੱਕ ਆਏ ਅਫਸਰ ਦੀ ਖਬਰ ਜੋ ਰਿਟਾਇਰ ਹੋ ਗਿਆ ਜੋ ਟੈਬ ਯਾਨੀ ਕਿ ਕੰਪਿਊਟਰ ਕਰੀਬ 60000 ਰੁਪਏ ਦਾ ਚੱਕ ਕੇ ਘਰੇ ਲੈ ਗਿਆ ਉਹ ਤੁਹਾਨੂੰ ਦਿੱਤੀ ਸੀ ਪਰ ਅੱਜ ਹੁਣ ਇੱਕ ਹੋਰ ਆਈ ਸਦਹਕਾਰੀ ਦੀ ਗੱਲ ਤੁਹਾਨੂੰ ਸੁਣਾ ਰਹੇ ਹਾਂ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੱਸੀ ਹੋਰ ਕਿੰਨੀਆਂ ਕੁ ਤੁਹਾਨੂੰ ਖਬਰਾਂ ਇਨ੍ਹਾਂ ਬਿਊਰੋਕਰੇਟਸ ਬਾਰੇ ਦੇਣੀਆਂ ਨੇ ਕੁਝ ਖਬਰਾਂ ਤੁਹਾਨੂੰ ਅਸੀਂ ਗੋਲਡਨ ਫੋਰੈਸਟ ਬਾਰੇ ਵੀ ਦਿਤੀਆਂ ਜਿਸ ਵਿੱਚ ਡੀਸੀ ਮੋਹਾਲੀ ਆਈਸ ਅਫਸਰ ਆਸ਼ਿਕਾ ਜਨ ਦੇ ਰੋਲ ਤੇ ਵੀ ਪ੍ਰਸ਼ਨ ਚਿੰਨ ਲੱਗਦਾ ਹੈ ਬਲਟਾਣਾ ਲੈਂਡ ਸਕੈਮ ਦੇ ਵਿੱਚ ਡੀਸੀ ਰਿਟਾਇਰਡ ਮਨहास ਬਾਰੇ ਵੀ ਅਸੀਂ ਤੁਹਾਨੂੰ ਪਹਿਲਾਂ ਖਬਰ ਦੇ ਚੁੱਕੇ ਹਾਂ ਕਿ ਉਹਨਾਂ ਨੇ ਕਿਵੇਂ ਸਰਕਾਰੀ ਜ਼ਮੀਨ ਲੈਂਡ ਐਕਵਾਇਜ਼ੀਸ਼ਨ ਕਲੈਕਟਰ ਹੁੰਦੇ ਹੋਏ ਆਪਣੇ ਖੁਦ ਦੇ ਨਾਂ ਹੀ ਚੜਾ ਲਈ ਸੀ ਜਿਸ ਦਾ ਜ਼ਿਕਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਵਿੱਚ ਵੀ ਆਉਂਦਾ ਪਰ ਉਹਨਾਂ ਦੇ ਵਿਰੁੱਧ ਹਜੇ ਕੋਈ ਕਾਰਵਾਈ ਨਹੀਂ ਹੋਈ ਜ਼ਿਕਰ ਅਸੀਂ ਪਹਿਲਾਂ ਤੁਹਾਨੂੰ ਇਹ ਵੀ ਦੱਸਿਆ ਸੀ ਕਰਕੇ ਕਿ ਸਾਬਕਾ ਚੀਫ ਸਕੱਟਰੀ ਸਰਵੇਸ਼ ਕੌਸ਼ਲ ਨੇ ਕਿਵੇਂ ਹਾਈ ਕੋਰਟ ਨੂੰ ਬਲਟਾਣਾ ਮਾਮਲੇ ਦੇ ਵਿੱਚ ਵਿਸ਼ਵਾਸ ਦਿਵਾਇਆ ਅੰਡਰਟੇਕਿੰਗ ਦਿੱਤੀ ਕਿ ਅਸੀਂ ਆਉਣ ਵਾਲੇ ਦਿਨਾਂ ਚ ਸਵਾ ਵਾਰ ਤਰੀਕੇ ਨਾਲ ਇਹ ਜ਼ਮੀਨ ਛੁਡਵਾ ਲਾਂਗੇ ਸਰਕਾਰੀ ਤੇ ਫਿਰ ਤੁਸੀਂ ਸਾਡੇ ਤੇ ਕੰਟੈਂਪਟ ਨਾ ਕਰੋ ਹਾਈ ਕੋਰਟ ਨੇ ਕੰਟੈਂਪਟ ਨਹੀਂ ਕੀਤੀ ਤੇ ਅੱਜ ਤੱਕ ਉਸ ਜ਼ਮੀਨ ਤੇ ਸਰਕਾਰੀ ਤੇ ਨਜਾਇਜ਼ ਕੰਸਟਰਕਸ਼ਨਸ ਕਬਜ਼ੇ ਨਹੀਂ ਹਟਾਏ ਗਏ ਜ਼ਿਕਰ ਇਰੀਗੇਸ਼ਨ ਸਕੈਮ ਦਾ ਵੀ ਕਰਨਾ ਬਣਦਾ ਹੈ ਜਿਸ ਦੇ ਵਿੱਚ ਤਿੰਨ ਆਈਐਸ ਅਧਿਕਾਰੀਆਂ ਦੇ ਰੋਲ ਤੇ ਪ੍ਰਸ਼ਨ ਚਿੰਨ ਲੱਗਿਆ ਹੋਇਆ ਹੈ ਵਨਾ ਵਿੱਚ ਹਨ ਸਰਵੇਸ਼ ਕੌਸ਼ਲ ਕੇਬੀਐ ਸਿੱਧੂ ਤੇ ਕਹਨ ਸਿੰਘ ਪੰਨੂ ਲੁਧਿਆਣੇ ਦੇ ਲੋ ਲੰਗਰ ਜ਼ਮੀਨ ਦੇ ਸਕੈਂਡਲ ਦੇ ਵਿੱਚ ਅਸੀਂ ਜ਼ਿਕਰ ਆਈਸ ਅਦਕਾਰੀ ਉਸ ਵਕਤ ਦੇ ਡੀਸੀ ਪ੍ਰਦੀਪ ਅਗਰਵਾਲ ਦਾ ਕੀਤਾ ਸੀ ਅਸੀਂ ਫਿਰ ਜ਼ਿਕਰ ਉਸ ਤੋਂ ਬਾਅਦ ਆਏ ਡੀਸੀ ਵਰਿੰਦਰ ਸ਼ਰਮਾ ਦਾ ਵੀ ਕੀਤਾ ਸੀ ਸੋ ਇਹ ਲੜੀ ਤੁਹਾਨੂੰ ਇਸ ਕਰਕੇ ਸੁਣਾ ਰਹੇ ਆਂ ਦੋਸਤੋ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੀ ਅਸਰਸ਼ਾਹੀ ਕਿਸ ਦਿਸ਼ਾ ਦੇ ਵਿੱਚ ਤੁਰੀ ਹੋਈ ਹੈ ਤੇ ਪੰਜਾਬ ਦਾ ਜੋ ਹਾਲ ਹੁਣ ਹੋ ਰਿਹਾ ਹੈ ਉਹਦੇ ਵਿੱਚ ਇਹਨਾਂ ਦਾ ਯੋਗਦਾਨ ਵੀ ਜ਼ਰੂਰ ਹੈਗਾ ਪੋਲਿਟਿਸ਼ੀਅਨਸ ਦਾ ਜੋ ਯੋਗਦਾਨ ਤੁਸੀਂ ਵੇਖਦੇ ਹੋ ਉਹ ਤਾਂ ਹੈ ਹੀ ਹੈ ਪਰ ਇਹ ਜੋ ਅਫਸਰशाही ਹੈ ਇਹਨਾਂ ਦੀ ਜੋ ਕਾਰਗਰਕੀ ਹੈ ਉਹ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ ਹੁੰਦੀ ਮੈਂ ਸਾਰੀ ਅਫਸਰशाही ਦੀ ਗੱਲ ਨਹੀਂ ਕਰਦਾ ਸਿਰਫ 94 ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਰੋਲ ਦਾ ਬਾਰੇ ਪਤਾ ਲੱਗਦਾ ਉਹ ਜਨ ਤੱਕ ਹੋ ਜਾਂਦਾ ਹੈ ਬਾਕੀ ਬਹੁਤ ਸਾਰੇ ਇਮਾਨਦਾਰ ਔਰ ਵਧੀਆ ਆਈਐਸ ਅਧਿਕਾਰੀ ਵੀ ਸ਼ਾਮਿਲ ਨੇ ਅਖੀਰ ਚ ਦੱਸਦਾ ਚੱਲਾਂ ਕਿ ਅਸੀਂ ਸਿਰਫ ਆਈਐਸ ਅਫਸਰਾਂ ਦਾ ਜ਼ਿਕਰ ਅੱਜ ਕੀਤਾ ਔਨ ਵਾਲੇ ਦਿਨਾਂ ਚ ਹੋ ਸਕਦਾ ਜਦੋਂ ਕੋਈ ਮਾਮਲਾ ਆਈਪੀਐਸ ਅਫਸਰਾਂ ਦਾ ਉੱਠੇਗਾ ਉਹਦੇ ਬਾਰੇ ਵੀ ਤੁਹਾਨੂੰ ਸਾਰੇ ਵਿਸਤਾਰ ਦਿਆਂਗੇ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼